ਅਭੀ ਤੇਰੇ ਪੀਰ ਨਬੀ ਦੀ ਇੱਜ਼ਤ ਵਾਸਤੇ ਨਹੀਂ ਨਿਕਲਦੇ ਤੇ ਅਸੀਂ ਤੇਰੇ ਪੀਰਾਂ ਦਾ ਕੋਈ ਕਲਮਾ ਪੜਿਆ ਕਿਸੇ ਕੇ ਪੀਰ ਕੇ ਖਿਲਾਫ ਬਾਤ ਕਰਨਾ ਕੋਈ ਕੁਫਰ ਨਹੀਂ ਹੈ ਜਾਂ ਦੀਨ ਪੜੋ ਜਾਂ ਦੀਨ ਸਾਨੂੰ ਵੀ ਸਮਝਾਵੋ ਹਜ਼ੂਰ ਦੇ ਖਿਲਾਫ ਗੱਲ ਹੋ ਜਾਵੇ ਬਰਦਾਸ਼ਤ ਹੋ ਜਾਂਦੀ ਹੈ ਤੇਰੇ ਪੀਰ ਦੇ ਖਿਲਾਫ ਗੱਲ ਹੋਵੇ ਬਰਦਾਸ਼ਤ ਨਹੀਂ ਹੁੰਦੀ ਕਿਸੇ ਦੇ ਪੀਰ ਦੇ ਖਿਲਾਫ ਗੱਲ ਕਰਨਾ ਕੋਈ ਕੁਫਰ ਨਹੀਂ ਹੈ ਜਾਂ ਦੀਨ ਆ ਕੇ ਬਤਾਓ ਕਿ ਕਿਸੇ ਦੇ ਪੀਰ ਦੇ ਖਿਲਾਫ ਗੱਲ ਕਰਨਾ ਕੁਫਰ ਹੈ ਬੰਦਾ ਕਾਫਿਰ ਹੋ ਜਾਂਦਾ ਐਸੇ ਨਹੀਂ ਹੈ ਕਮ ਅਜ਼ ਕਮ ਆਪ ਲੋਕ ਵੀ ਸਮਝੇ ਸੋਚਾ ਕਰੇ ਕਿ ਅਸੀਂ ਕਿਸੇ ਦੇ ਗੁਲਾਮ ਨਹੀਂ ਅਸੀਂ ਸਿਰਫ ਅੱਲਾ ਰਸੂਲ ਦੇ ਗੁਲਾਮ ਹੈ ਜਿਹੜਾ ਉਹਨਾਂ ਦਾ ਗੁਲਾਮ ਹੈ ਅਸੀਂ ਉਹਦੇ ਗੁਲਾਮ ਹਾਂ ਬਾਕੀ ਜਿਹੜਾ ਉਹਨਾਂ ਦੇ ਨਾਲ ਵਫਾ ਨਹੀਂ ਕਰੇ ਜਿਹੜਾ ਸੈਦ ਨਾਨੇ ਦਾ ਵਫਾਦਾਰ ਨਹੀਂ ਤੁਹਾਡੇ ਨਾਲ ਵਫਾ ਕਰੇਗਾ ਜਿਹੜਾ ਮੌਲਵੀ ਹਜ਼ੂਰ ਦਾ ਵਫਾਦਾਰ ਨਹੀਂ ਤੁਹਾਡੇ ਨਾਲ ਵਫਾ ਕਰੇਗਾ ਜਿਹੜਾ ਪੀਰ ਹਜ਼ੂਰ ਦਾ ਵਫਾਦਾਰ ਨਹੀਂ ਤੁਹਾਡੇ ਨਾਲ ਵਫਾ ਕਰੇਗਾ ਫਿਰ ਸੋਚਿਆ ਕਰੋ ਹਰ ਲਹਿਜ਼ਾ ਹੈ ਮੋਮਿਨ ਕੀ ਨਈ ਆਨ ਨਈ ਸ਼ਾਨ ਗੁਫਤਾਰ ਮੇ ਕਿਰਦਾਰ ਮੇ ਅੱਲਾਹ ਕੀ ਬੁਰਹਾਨ ਕਹਾਰੀ ਹੋ ਗਫਾਰੀ ਹੋ ਕੁਦੂਸੀ ਹੋ ਜਬਰੂਤ ਇਹ ਚਾਰ ਅਨਾਸਰ ਮਿਲਤੇ ਹੈ ਤੋ ਬਨਤਾ ਹੈ ਮੁਸਲਮਾਨ ਇਹ ਰਾਜ਼ ਕਿਸੀ ਕੋ ਨਹੀਂ ਮਾਲੂਮ ਕਿ ਮੋਮਿਨ ਕਾਰੀ ਨਜ਼ਰ ਆਤਾ ਹੈ ਹਕੀਕਤ ਮੇ ਹੈ ਕੁਰਾਨ